सो इस समय मरकूम सिद्धू मूसेवाले के पिता बलकौर सिंह प्रेस कॉन्फ्रेंस कर रहे हैं, सीधा ले चलते हैं। ਲੋਕਾਂ ਨੂੰ ਕੋਈ ਕਰੜਾ ਬਿਆਨ ਦੇ ਦੇਣਾ, ਉਸ ਤੋਂ ਬਾਅਦ ਨਾਲ ਜਿਹੜਾ ਅਧਿਕਾਰੀ ਘਰੇ ਆ ਜਾਂਦਾ ਹੈ, ਉਸ ਤੋਂ ਬਾਅਦ ਅੱਗੇ ਪਿੱਛੇ ਕੋਈ ਨਹੀਂ ਆਉਂਦਾ। ਨਹੀਂ ਮੈਂ ਆਪਣੀ ਮਰਜ਼ੀ ਦੇ ਨਾਲ ਕਰ ਰਿਹਾ, ਮੈਨੂੰ ਕਿਸੇ ਪੋਲੀਟੀਕਲ ਪਾਰਟੀ ਨੇ ਕੋਈ ਮਜਬੂਰ ਨਹੀਂ ਕੀਤਾ। ਔਰ ਤੁਹਾਡੇ ਸਾਹਮਣੇ ਨਾ ਮੈਂ ਕਿਸੇ ਝੰਡੀ ਵਾਰ ਨਾ ਕਿਸੇ ਨੂੰ ਰਿਪ੍ਰੈਜ਼ੈਂਟ ਕਰਦਾ ਹਾਂ, ਮੈਂ ਆਇਆ ਸਿੱਧੇ ਤੌਰ ਤੇ ਸਰਕਾਰ ਦਾ ਵਿਰੋਧ ਕਰਨ। ਉਹਦਾ ਲਾਭ ਜਿਹਨੂੰ ਮਰਜ਼ੀ ਮਿਲ ਜਾਵੇ, ਉਹ ਲੋਕਾਂ ਦੀ ਮਰਜ਼ੀ ਹੈ ਜਿਹਨੂੰ ਮਰਜ਼ੀ ਦੇਣ। ਮੈਂ ਤਾਂ ਇਹ ਵੀ ਕਹਿ ਰਿਹਾ ਵੀ ਜੇ ਤੁਹਾਨੂੰ ਫਿਰ ਵੀ ਕੋਈ ਉਮੀਦਵਾਰ ਨਹੀਂ ਪਸੰਦ ਆਉਂਦਾ ਨੋਟਾਂ ਨੂੰ ਪਾਇਓ। ਬਲਕੌਰ ਜੀ ਤੁਸੀਂ ਸਿੱਧੂ ਮੂਸੇਵਾਲੇ ਇਨਸਾਫ ਮੰਗ ਰਹੇ ਹੋ, ਉਹੀ ਵਿਧਾਨ ਸਭਾ ਹਲਕੇ 'ਚ ਬੈਠੇ ਹਾਂ ਜਿੱਥੇ ਸੰਦੀਪ ਨੰਗਾ ਲੰਬਿਆਂ ਦਾ ਵੀ ਮਰਡਰ ਹੋਇਆ, ਇਹ ਉਹੀ ਨਕੋਦਰ ਹਲਕਾ ਆ ਅਤੇ ਉਹਦਾ ਪਰਿਵਾਰ ਵੀ ਲਗਾਤਾਰ ਜਿਹੜਾ ਇਨਸਾਫ ਦੀ ਮੰਗ ਕਰਦਾ। ਕੱਲ੍ਹ ਜ਼ਰੂਰ ਉਹਨਾਂ ਨੇ ਇੱਕ ਸੁਰਜਨ ਸਿੰਘ ਚੱਠੇ ਉਹਨਾਂ ਦੀ ਅਰੈਸਟ ਪਾ ਕੇ ਜਿਹੜਾ ਆ, ਹੋ ਸਕਦਾ ਹੈ ਤੁਹਾਡੇ ਆਉਣ ਦਾ ਜਦੋਂ ਪਤਾ ਲੱਗਾ ਹੋਵੇ ਅਤੇ ਪੁਲਿਸ ਨੂੰ ਐਕਸ਼ਨ ਲੈਣਾ ਪਿਆ ਹੋਵੇ, ਉਹਨੂੰ ਕਿੱਦਾਂ ਤੁਸੀਂ ਦੇਖਦੇ? ਸਭ ਤੋਂ ਪਹਿਲਾਂ ਤਾਂ ਮੈਂ ਨਾ ਸੰਦੀਪ ਦੀ ਮੌਤ ਦੇ ਉੱਤੇ ਜਿੰਨਾ ਮੈਂ ਦੁਖੀ ਹੋਇਆ ਸੀਗਾ, 8-8-10 ਦਿਨ ਮੈਨੂੰ ਮਤਲਬ ਪ੍ਰਸ਼ਾਦਾ ਪਾਣੀ ਚੰਗਾ ਨਹੀਂ ਲੱਗਿਆ। ਮੈਂ ਇੰਨਾ ਤੰਗ ਸੀ ਵੀ ਮੈਂ ਉਸ ਖਿਡਾਰੀ ਨੂੰ ਦਿਲੋਂ ਪਿਆਰ ਕਰਦਾ ਸੀ ਔਰ ਇੰਨੀ ਵੱਡੇ ਲੈਵਲ 'ਤੇ ਜਾ ਕੇ ਮੈਂ ਉਹਦੇ ਵਰਲਡ ਮੈਚ ਜਿਹੜੇ ਹੋਏ ਸੀਗੇ ਵਰਲਡ ਕੱਪ ਦੇ ਦੇਖੇ ਸੀ, ਮੈਂ ਬੜਾ ਪ੍ਰਭਾਵ ਸੀ, ਮੈਂ ਬੜਾ ਫੈਨ ਸੀ ਉਸ ਖਿਡਾਰੀ ਦਾ। ਔਰ ਜਦੋਂ ਮੈਂ ਉਹਦੀ ਵਾਈਫ ਨੂੰ ਮਿਲਿਆ ਵਿਚਾਰੀ, ਉਹ ਇੰਨੀ ਬਲੂਕੜੀ ਜਿਹੀ ਉਮਰ ਦੀ ਨਿਆਣੀ ਬੱਚੀ ਹੈ, ਬਿਲਕੁਲ ਛੋਟੀ ਉਮਰ, ਛੋਟੇ ਛੋਟੇ ਜਵਾਕ ਹੈ। ਮੈਂ ਬਰਮਿੰਘਮ ਵੀ ਪਰਿਵਾਰ ਨੂੰ ਮਿਲ ਕੇ ਆਇਆ, ਬੜਾ ਦੁੱਖ ਹੋਇਆ ਮੈਨੂੰ ਉਸ ਗੱਲ ਦੇ ਵਿੱਚ ਔਰ ਮੈਂ ਭਰੋਸਾ ਵੀ ਦੇ ਕੇ ਵੀ ਭੈਣ ਮੇਰੀ ਹੈ, ਬੇਟਾ ਜਿੱਥੇ ਵੀ ਮੈਨੂੰ ਕਹੇਗੀ ਜਿੰਨੀ ਜੋਗਾ ਮੈਂ ਤੇਰੇ ਨਾਲ ਹਾਂ। ਅਤੇ ਜੇ ਉਹਦੇ 'ਚ ਦੇਰ ਸਹੀ ਜੇ ਫੜ ਲਿਆ ਸੁਰਜਨ ਤਾਂ ਚੰਗੀ ਗੱਲ ਹੈ, ਚਲੋ ਅਸੀਂ ਮਿਲੇ ਬੱਚੇ ਨੂੰ, ਅਸੀਂ ਤਾਂ ਚਲੋ ਹਲੇ ਭਟਕਦੇ ਫਿਰ। ਮੈਨੂੰ ਵੀ ਕਹਿੰਦੇ ਸੀ ਵੀ ਉਹਨਾਂ ਨੇ ਸਵਾਗਤ ਕੀਤਾ ਜੀ, ਚਲੋ ਮੈਂ ਕਿਹਾ ਜਵਾਗੜੀ ਤੋਂ ਕੀ ਕਹਾਲ ਹੈ ਤੁਸੀਂ, ਮੈਨੂੰ ਤਾਂ ਨਹੀਂ ਪਤਾ, ਪਰ ਇਹ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਸਵਾਗਤ ਕਰਨੀ, ਤਾਂ ਜੀ ਕੋਈ ਗੱਲ ਨਹੀਂ, 1 ਸਾਲ ਹੋ ਗਿਆ ਉਹਨੂੰ ਜਵਾਗੜੀ ਨੂੰ ਲਮਕੀ ਜਾਂਦੀ ਨੂੰ, 1 ਸਾਲ ਬਾਅਦ ਜੇ ਤੁਸੀਂ ਕੋਈ ਗ੍ਰਿਫਤਾਰੀ ਕਰ ਦਿਓ ਤਾਂ ਕੋਈ ਕੱਦੂ 'ਚ ਤੀਰ ਮਾਰਨ ਵਾਲੀ ਗੱਲ ਨਹੀਂ, ਤੁਹਾਡੀ ਵੈਸੇ ਵੀ ਜ਼ਿੰਮੇਵਾਰੀ ਬਣਦੀ ਹੈ ਵੀ ਉਸੇ ਸਮੇਂ 'ਤੇ ਜੇ ਉਹਨੇ ਕਿਸੇ 'ਤੇ ਸ਼ੱਕ ਪ੍ਰਗਟਾਇਆ ਤੁਹਾਨੂੰ ਗ੍ਰਿਫਤਾਰ ਕਰਨਾ ਚਾਹੀਦਾ ਸੀਗਾ। ਖਿਡਾਰੀ, ਵਪਾਰੀ ਅਤੇ ਕਲਾਕਾਰ ਤਿੰਨੇ ਸ਼ਿਕਾਰ ਹੋਏ, ਇਸੇ ਹੀ ਵਿਧਾਨ ਸਭਾ ਹਲਕੇ ਦੀ ਗੱਲ ਕੀਤੀ, ਟਿੰਮੀ ਚਾਵਲਾ ਬੜਾ ਵਪਾਰੀ ਸੀਗਾ ਜਿਹਦੇ ਕੋਲ ਫਰੋਤੀ ਦੀ ਮੰਗ ਕੀਤੀ ਗਈ ਸੀ ਅਤੇ ਸ਼ਰਿਆਂ ਉਹਨੂੰ ਗੋਲੀਆਂ ਮਾਰ ਕੇ ਨਕੋਦਰ ਦੇ ਵਿੱਚ ਉਹਦਾ ਵੀ ਕਤਲ ਕੀਤਾ। ਤੁਸੀਂ ਦੇਖੋ ਟਿੰਮੀ ਚਾਵਲਾ ਉਹਦਾ ਕਸੂਰ ਬੱਚੇ ਦਾ ਕੀ ਸੀ, ਉਹਨੇ ਅੱਛਾ ਕਾਰੋਬਾਰ ਕਰ ਲਿਆ, ਉਹਨੇ ਗੱਡੀ ਦਾ VIP ਨੰਬਰ ਲੈ ਲਿਆ ਅਤੇ ਪਾਪੀਆਂ ਦੀ ਨਿਗਾਹ ਦੇ ਵਿੱਚ ਆ ਗਿਆ ਵੀ ਇਹਦੇ ਕੋਲ 4 ਪੈਸੇ ਨੇ, ਉਹਦੇ ਨਾਲ ਬੈਠਾ ਕਰਨਾ ਮੈਨੂੰ ਵੀ ਮਾਰਤਾ। ਪਰੰਤੂ ਇਹਨਾਂ ਨੇ ਫਿਰ ਵੀ ਇਹ ਸਰਕਾਰਾਂ ਇਹ ਨਹੀਂ ਗੱਲ ਕਹਿੰਦੀਆਂ ਵੀ ਅਸੀਂ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕਰਾਂਗੇ, ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਤੇਰੇ ਬੱਚੇ ਛੋਟੇ ਨੇ ਸਕੂਲ ਜਾਂਦੇ, ਤੂੰ ਕਾਹਤੋਂ ਪੰਗਾ ਲੈਣਾ, ਕੋਈ ਬੋਲਦਾ ਹੋਰ? ਮੈਂ ਇਕੱਲਾ ਬਿਲਕੀ ਜਾਂਦਾ ਇਸ ਗੱਲ ਤੋਂ ਅਤੇ ਮੈਂ ਉਹਨੂੰ ਸਾਰਿਆਂ ਨੂੰ ਕਹਿੰਦਾ ਵੀ ਭਰਾਵੋ ਆ ਜਾਓ, ਆਪਾਂ ਉੱਜੜ ਤਾਂ ਗਏ, ਜਵਾਕ ਆਪਣੇ ਮਾਰਤੇ, ਮੈਂ ਗੁਰੀਆਂਡ ਤਰਨ ਤਾਰਨ ਵਾਲਾ ਉਹ ਕੱਪੜਾ ਵਪਾਰੀ ਪਹਿਲਾਂ ਉਹ ਮਾਰਿਆ, ਫਿਰ ਟਿੰਮੀ ਚਾਵਲਾ ਵਿਚਾਰਾ ਬਿਲਕੁਲ ਬੇਦੋਸ਼ਾ, ਕੋਈ ਕਸੂਰ ਨਹੀਂ ਇਨੋਸੈਂਟ, ਬਸ ਉਹਦਾ ਇਹੀ ਕਸੂਰ ਹੈ ਵੀ ਉਹਨੇ 4 ਪੈਸੇ ਕਮਾ ਲਏ, ਉਹਦਾ ਅੱਛਾ ਕਾਰੋਬਾਰ ਚੱਲ ਪਿਆ ਅਤੇ ਉਹਨੇ ਉਹ ਆਪਣੀ ਇੱਕ ਸ਼ੌਕ ਪੂਰਾ ਕਰਨ ਲਈ ਉਹਨੇ ਕਹਿੰਦੇ ਮੈਨੂੰ ਸੁਣਿਆ ਮੈਂ VIP ਨੰਬਰ ਲਿਆ ਸੀ ਕੋਈ, ਜਿੱਥੋਂ ਇਹਨਾਂ ਨੂੰ ਕੋਈ ਨਾਲ ਦਾ ਦੱਸਣਾ ਵੀ ਇਹਦੇ ਕੋਲ 4 ਪੈਸੇ ਹੈਗੇ ਤਾਂ ਲੈ ਲਓ ਇਹ ਤੋਂ। ਆਹ ਹਾਲਾਤ ਸਾਡੇ ਦੇ ਤੁਸੀਂ ਦੇਖਿਆ, ਜਿੰਨੇ ਸਾਰੇ ਜਲੰਧਰ ਹਲਕਾ ਜ਼ਿਆਦਾ NRI ਹੈ ਨਾ, ਜ਼ਿਆਦਾਤਰ ਪਰਿਵਾਰਾਂ ਦੇ ਬੱਚੇ ਬਾਹਰ ਨੇ, ਬੱਚੇ ਬੇਸ਼ੱਕ ਬਾਹਰ ਸੇਫ ਨਹੀਂ ਮੰਨ ਸਕਦੇ ਪਰ ਉਹਦੇ ਮਾਪੇ ਤਾਂ ਇੱਥੇ ਬੈਠੇ ਨੇ, ਉਹ ਤਾਂ ਇੱਕ ਬਜ਼ੁਰਗ ਮੀਆਂ ਬੀਬੀ ਅਸੀਂ ਬੈਠੇ, ਸਾਨੂੰ ਤਾਂ ਦੋ ਲਗਾੜੇ ਭਾਵੇਂ ਕੁੱਟ ਕੇ ਦੋਨਾਂ ਤੋਂ ਕੁਛ ਹੀ ਕਰ ਲੈਣਾ ਕੀ, ਇਹ ਇੱਕ ਭੈ ਮੁਕਤ ਜਿਹੜਾ ਮਾਹੌਲ ਦੇਣਾ ਇਹ ਸਰਕਾਰ ਦੀ ਨੈਤਿਕਤਾ ਨਹੀਂ ਹੈ। ਲਾਰੈਂਸ ਦਾ ਜਿਹੜਾ ਨੈੱਟ ਹੈ ਉਹ ਜੇਲ੍ਹ ਦੇ ਵਿੱਚ ਵੀ ਚੱਲਦਾ, ਮੇਰੇ ਵਰਗੇ ਦਾ ਬਰਸੀ ਦਾ ਭੋਗ ਪਾਉਣ ਲਈ ਤਾਂ ਕਿਉਂ ਬੰਦ ਕਰ ਦਿੰਦੇ ਹੈ? 15 ਲੱਖ ਰੁਪਏ ਦਾ ਰਾਸ਼ਨ ਸਾਡਾ ਸੀ ਪਸ਼ੂਆਂ ਨੂੰ ਪਾ ਕੇ ਆਇਆ, ਤੁਹਾਡੇ ਸਾਹਮਣੇ MP ਦੇ ਵਿੱਚ ਥਾਣੇ ਦੇ ਉੱਤੇ ਹਮਲਾ ਕਰਤਾ, 60 ਬੰਦਿਆਂ ਨੇ ਹਮਲਾ ਕੀਤਾ, ਥਾਣੇ ਨੂੰ ਅੱਗ ਲਾਤੀ, 3 ਬਦਮਾਸ਼ਾਂ ਨੂੰ ਛਡਾ ਕੇ ਲੈ ਗਏ। ਆਹ ਮੈਂ ਇਹਦੇ ਕੋਲ ਉਹਦੀ ਸੋਸ਼ਲ ਮੀਡੀਆ 'ਤੇ ਮੈਂ ਦੇਖਿਆ, ਪਰ ਉੱਥੇ NSC ਨਹੀਂ ਲੱਗਿਆ। ਸਾਡੇ ਜਿਹੜੇ ਜਵਾਕ ਜੀ ਐਵੇਂ ਉਹ ਫੜ ਫੜ ਕੇ ਉਹਨੂੰ ਸਮਝਾਇਆ ਜਾ ਸਕਦਾ ਸੀ ਕੋਈ ਗੱਲ ਨਹੀਂ, ਉਹ ਕਈ ਵਾਰੀ ਬੰਦਾ ਧਰਮ ਦੇ ਨਾਂ 'ਤੇ ਜਲਦੀ ਪ੍ਰਭਾਵਿਤ ਹੋ ਜਾਂਦਾ ਹੈ ਨਾ, NSA ਲਾ ਕੇ ਉਹ ਧੱਕ 'ਤੇ ਡਿਬਰੂਗੜ੍ਹ ਤੱਕ 'ਤੇ। ਔਰ ਲਾਰੈਂਸ ਵਰਗੇ ਨੇ ਆਹ ਜਿਹੜੇ ਬਦਮਾਸ਼ ਬੈਠੇ ਨੇ ਜਿਹੜੇ ਸਾਡੇ ਆਮ ਸ਼ਹਿਰੀ ਨੂੰ ਵਪਾਰੀ ਨੂੰ ਤੰਗ ਕਰਦੇ, ਇਹਨਾਂ ਨੂੰ ਡਿਬਰੀਗੜ੍ਹ ਭੇਜ ਦਿੰਦੇ। 2 ਦਿਨ ਦਾ ਤੁਹਾਡਾ ਦੌਰਾ ਹੈਗਾ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ, ਕੀ ਅਪੀਲ ਕੀ ਕਰ ਰਹੇ ਹੋ? ਅਪੀਲ ਇਹੀ ਕਰਦਾ ਵੀ ਇਸ ਸਰਕਾਰ ਨੂੰ ਜਿੰਨਾ ਧਰ ਕੇ ਰਗੜਿਆ ਜਾਵੇ ਉਹਨੇ ਥੋੜ੍ਹਾ ਇਹ ਤੰਗ ਕਰਨਗੇ ਆਪਾਂ ਨੂੰ, ਇਹਨਾਂ ਕੋਲ ਕੋਈ ਪੋਲਸੀ ਨਹੀਂ, ਕੋਈ ਇਹਨਾਂ ਦੇ ਵਿੱਚ ਜ਼ਿੰਮੇਵਾਰ ਬੰਦਾ ਨਹੀਂ। ਮੈਨੂੰ ਲੱਗ ਰਿਹਾ ਵੀ ਜਿਹੜਾ ਕੋਈ ਇੱਕ ਬੰਦਾ ਵੀ ਮੈਨੂੰ ਕਹਿ ਦਿੰਦਾ ਵੀ ਬਲਕੌਰ ਸਿੰਘ ਘਰੇ ਬਹਿ ਜਾ ਚੁੱਪ ਕਰਕੇ, ਤੇਰੇ 6 ਮਹੀਨੇ ਨੂੰ ਆਪ ਗੱਲ ਰਾਹ ਪਾ ਦੇਵਾਂਗੇ, ਮੈਂ ਦੁਬਾਰਾ ਬੋਲਦਾ ਨਹੀਂ ਸੀ, ਮਜ਼ਾਕ ਕਰਦੇ ਆ। ਹੁਣ ਮੈਂ ਵਿਧਾਨ ਸਭਾ ਚਲਾ ਗਿਆ, ਕਿਸੇ MLA ਦੀ ਗੱਡੀ 'ਚ ਬਹਿ ਕੇ ਤਾਂ ਜਾਊਂਗਾ, ਮੈਨੂੰ ਵਿਧਾਨ ਸਭਾ ਦੇ ਵਿੱਚ ਵੈਸੇ ਤਾਂ ਕੋਈ ਵੜ ਨਹੀਂ ਦਿੰਦਾ। ਇਹ ਕਹਿੰਦੇ ਤਾਂ ਰਾਜਨੀਤੀ ਕਰਦਾ, ਕਦੇ ਕਿਸੇ ਦੀ ਕਾਰ 'ਚ ਚੜ੍ਹ ਜਾਂਦਾ, ਕਦੇ ਕਿਸੇ, ਪਹਿਲਾਂ ਇਹ ਗੱਲ CM ਸਾਹਿਬ ਨੇ ਕਹੀ, ਕੱਲ੍ਹ ਚੀਮੇ ਨੇ ਕਹਿਤੀ।
कि जी वह राजनीति करता है। फिर तुसी राजनीति को राजनीति राजनीति नाल ही लड़ांगे। हुण असी गंडासे तलवारां फड़ के तां थोड़े नाल लड़ नहीं सकते। जिहड़े तुसी राह ते चलो तुहानू थोड़े रस्ते नाल ही जवाब देवांगे। लोगों को जाके मैनूं लगता भी लोग मेरी गल सुनते हैं तो मैं लोगों को भी जाऊँगा भी भाई मैं दुखी हाँ, तुसी मेरी गल सुनो, तुसी इन्हां नूं अकल आ जाए। माड़ी मोटी पहले संगरूर तो हराया, जे तुसी भी हरा दो तो यह घट्टो घट्ट अगले चार साल ठीक काम कर लेंगे। इन्हें पता लग जाओ भी लोग साथों मोह भंग हो जाएगा साडा। चार साल आपां नूं कट्टणे बहुत औखे हो जाएंगे नहीं जिहे दे हालात बनी जांदे ने। ਸੁਪੁੱਤਰ ਇਨਸਾਫ ਦੇ ਲਈ ਮਾਨ ਸਰਕਾਰ ਦੇ ਖਿਲਾਫ ਬਲਕੌਰ ਸਿੰਘ ਹੁਣਾਂ ਦੇ ਵੱਲੋਂ ਮੋਰਚਾ ਖੋਲਿਆ ਗਿਆ। ਫਿਲੌਰ ਪਹੁੰਚੇ ਨੇ ਉਹਨਾਂ ਦੇ ਫਿਲੌਰ ਪਹੁੰਚੇ ਬਲਕੌਰ ਸਿੰਘ ਹੁਣਾਂ ਨੇ ਕਿਹਾ ਕਿ ਮੈਂ ਕਿਸੇ ਪਾਰਟੀ ਦੇ ਪ੍ਰਚਾਰ ਕਰਨ ਦੇ ਲਈ ਨਹੀਂ ਆਇਆ, ਪੁੱਤ ਦੀ ਮੌਤ ਦੇ ਇਨਸਾਫ ਦੇ ਲਈ ਆਇਆ। ਲੋਕਾਂ ਤੱਕ ਪਹੁੰਚਾਂਗਾ, ਦੱਸਾਂਗਾ ਕਿ ਇਸ ਸਰਕਾਰ ਨੇ ਕੁਝ ਨਹੀਂ ਕਰਨਾ।